ਸੋਏ ਗਾਇਜ਼ ਉਸ ਸਾਹਿਬ ਕੀ ਹਾਲ ਚਾਲ ਹੈ, ਸਭ ਤੋਂ ਸਾਰੇ ਵਧੀਆ ਹੋਣਗੇ। ਓਏ ਭੋਲੇ ਹੋਏ, ਜਗਜੀਤ ਸੰਧੂ 16 ਨੂੰ ਫਿਲਮ ਆ ਜਾਣੀ ਹੈ ਫੈਬ ਨੂੰ, ਬਸ ਥੋੜ੍ਹੇ ਜਿਹੇ ਦਿਨ ਰਹਿ ਗਏ, 10-12 ਦਿਨ ਰਹਿ ਗਏ। ਡਾਇਰੈਕਟਡ ਬਾਈ ਵਰਿੰਦਰ ਰਾਮਗੜੇ ਬਾਈ, ਰਿਟਨ ਬਾਈ ਗੁਰਪ੍ਰੀਤ ਭੁੱਲਰ। ਆ ਜਾਓ ਚੈੱਕ ਕਰਦੇ ਹਾਂ ਜਗਜੀਤ ਬਾਈ ਦੀ ਫਿਲਮ। ਗੀਤ MP3 ਤੇ ਓਕੇ। ਮਹਿੰਗੀ ਦਾਰੂ ਕਿਹੜੀ ਹੈ? ਸਾਰੀਆਂ ਮਹਿੰਗੀਆਂ ਨੇ। ਸਭ ਤੋਂ ਮਹਿੰਗੀ 10,000 ਦੀ ਆ। ਬਸ ਦੋ ਪੰਜਾਬ ਦੇ ਅਧੀਏ ਤੇ ਪੰਜਾਬ ਨਾ ਗੱਦਾਰੀ ਸਭ ਲੱਛਣ ਜਾਣਦਾ ਤੇਰੇ ਮੈਂ ਬਾਪੂ, ਤੂੰ ਇਹਦੇ ਨਾਲ ਜ਼ਮੀਨ ਲਵਾ ਕੇ ਮੇਰੇ ਹੱਥ ਵੜ ਤੇ। ਜ਼ਮੀਨ ਤਾਂ ਐਂ ਕਹਿੰਦਾ ਜਿਵੇਂ 100 ਕਿੱਲੇ ਹੋਵੇ, ਅੱਧਾ ਕਿੱਲਾ ਉਹ ਵੀ ਬੰਜਰ ਤੇਰੀ ਮਾਂ। ਤੂੰ ਉਹੀ ਬੋਲਿਆ ਜਿਹਦੇ ਕੋਲ ਸਕੂਲ 'ਚ ਮਾਸਟਰ ਨੇ ਪੁੜੀ ਫੜੀ ਸੀ। ਪੁੜੀ ਤਾਂ ਅੱਜ ਵੀ ਜੇਬ 'ਚ, ਪਰ ਮਾਸਟਰ ਮਰ ਗਿਆ ਉਹ। ਨਸ਼ਾ ਮੁਕਤ ਪੰਜਾਬ ਉੱਤੇ ਨਸ਼ਾ ਕਰ ਰਿਹਾ ਯਾਰ ਫਿਲਮ, ਕੁਛ ਲੱਗ ਰਿਹਾ ਕਿਸੇ ਨਾ ਕਿਸੇ ਪਾਸੇ ਨੂੰ ਇਹ ਚੰਗਾ ਮੂਡ ਮੁੜੂਗੀ। ਪੰਜਗਾਂ ਨੇ ਇਹ ਪੂਜਾ ਕਰੀ ਦੀ ਇਹਨਾਂ ਦੀ, ਮਾਫੀ ਮੰਗੋ ਤੋ। ਚੱਲ ਸੋਰੀ ਯਾਰ, ਕੈਨੇਡਾ ਜਾ ਕੇ ਮੁਕਰ ਜੀ। ਹੋਰ ਕੀ ਲੱਲਰ ਲਾਣੀ ਇਸ ਚੌਰੇ ਨੇ, ਕੋਈ ਕੰਮ ਕਾਜ ਕਰ ਲਾ ਡੰਗਰਾ। ਦਿਹਾੜੀ ਦਾ ਪਾ ਦੇਖ ਲੈ ਇੱਥੇ ਪਿੰਡ 'ਚ ਕੋਈ, ਇੱਥੇ ਬੰਦੇ ਦੀ ਨਹੀਂ ਸਿਰਫ ਪੈਸੇ ਦੀ ਇੱਜ਼ਤ ਆ। ਇੱਕ ਦਿਨ ਇੰਨਾ ਪੈਸਾ ਕਮਾਉਣਾ ਨਾ, ਸਾਲੀ ਧੂਣੀ ਵੀ ਨੋਟਾਂ ਨਾਲ ਬਾਲਿਆ ਕਰ। ਅੱਜ ਤਰੱਕੀ ਖੁਦ ਚੱਲ ਕੇ ਸਾਡੇ ਦਰਵਾਜ਼ੇ ਆਈ ਆ, 1 ਕਿੱਲੇ ਦਾ 2 ਕਰੋੜ ਮਿਲ ਰਿਹਾ। ਬਾਬੇ ਆ ਹੈ ਆਪਣਾ ਪਿੰਡ ਛੰਨਾ, ਆਪਣਾ ਪਿੰਡ ਵੀ ਛੇਤੀ ਸੈਕਟਰ ਬਣਨਾ। ਇਹ ਸਭ ਕੁਛ ਤੇਰਾ ਹੋ ਸਕਦਾ, ਉਹ ਮੇਰਾ ਕਿਵੇਂ ਹੋ ਜੂਗਾ? ਤੇਰੀ ਕੋਈ ਗੱਲ ਨਹੀਂ, ਸਾਡੇ ਤਾਂ ਜੀ ਪਜਾਮੇ ਫਸਦੇ ਸਾਈਕਲ ਦੀਆਂ ਚੈਨਾਂ 'ਚ, ਕੁੜੀ ਨਹੀਂ ਫਸਦੀ ਸਾਡੇ ਨਾਲ ਕੋਈ। ਮੈਨੂੰ ਲੱਗਦਾ ਵੀ ਆਪਣੀ ਜ਼ਮੀਨ ਦੇ ਥੱਲੇ ਤੇਲ ਦੇ ਖੂਹ ਡੁੱਬ ਕੇ ਮਰ ਜਾ ਫਿਰ ਇਹਦੇ 'ਚ। ਗੁੱਡ ਆਈਡੀਆ, ਤੂੰ ਮੈਨੂੰ ਪੰਜਾਬ ਦਾ ਐਲਨ ਮਸਕ ਲੱਗਦਾ, ਨਾ ਤਾਂ ਉਹਨੂੰ ਪਤਾ ਲੱਗਦਾ ਕਰਨਾ ਕੀ ਆ, ਤੈਨੂੰ ਪਤਾ ਲੱਗਦਾ। ਆ ਫੜ ਆਪਣੀ ਟੈਸਲਾ ਦੀ ਚਾਬੀ, ਪਹੁੰਚ ਜਾ ਜਿਹੜੇ ਚੰਨ ਤੇ ਪਹੁੰਚਣਾ। ਜਿੱਥੇ ਤੱਕ ਤੇਰੀ ਨਿਗਾਹ ਜਾਂਦੀ ਹੈ ਨਾ, ਉਹ ਦੋਵੇਂ ਗਾਹਾਂ ਤੱਕ ਜਿੰਨੀ ਜ਼ਮੀਨ ਹੈ ਸਾਰੀ ਦਾ ਮਾਲਕ ਭੋਲਾ। ਕੀਟ ਪਤੰਗਿਆਂ ਦੇ ਜਿੰਨੀ ਛੇਤੀ ਖੰਭ ਨਿਕਲਦੇ ਹਨ, ਝੜਦੇ ਵੀ ਉਨੀ ਛੇਤੀ। ਕੀਟ ਪਤੰਗਾ ਉੱਥੇ ਵੀ ਵੜ ਜਾਂਦਾ ਬਾਪੂ, ਜਿੱਥੇ ਬਾਜ ਵੀ ਨਹੀਂ ਵੜ ਸਕਦਾ। ਹਿੱਲੀ ਨਾ, ਅਸਲੀ ਹੈ। ਆ ਤਾਂ ਟੱਟੀ ਹੈ। 14-14 ਬਾਈ ਕਿੰਨੇ ਮਿਲਣਗੇ? 1,000 ਬਾਈ ਪਾਸੇ ਹੋ, ਮੈਂ 5,000 ਲੈ ਕੇ ਦਿਖਾਉਂਗਾ। ਸਾਰੀ ਇੱਜ਼ਤ ਵਹਿ ਗਈ। ਸਾਰੀ ਇੱਜ਼ਤ ਪੈਸੇ ਦੀ ਹੈ ਬਾਈ, ਹੋਰ ਕਿਸੇ ਚੀਜ਼ ਦੀ ਇੱਜ਼ਤ ਨਹੀਂ ਹੈਗੀ ਦੁਨੀਆ ਦੇ ਵਿੱਚ। ਅਤੇ ਇਨਸਾਨ ਪੈਸੇ ਕਮਾਉਂਦਾ, ਕੁਝ ਵੀ ਕਰਦਾ, ਇਹ ਸਾਖਤਾ ਵਾ। ਤਾਂ ਪਤਾ ਗੱਲ ਕਿ ਜੇ ਬੰਦੇ ਕੋਲ ਟੈਲੈਂਟ ਹੋਵੇ ਜਾਂ ਕੁਛ ਦਿਮਾਗ ਸਹੀ ਪਾਸੇ ਨੂੰ ਚੱਲਦਾ ਹੋਵੇ ਤਾਂ ਹਾਂ, ਪੈਸਾ ਕਮਾ ਵੀ ਸਕਦਾ ਬੰਦਾ, ਅਤੇ ਵਧੀਆ ਆਪਣੀ ਜ਼ਿੰਦਗੀ ਜੀ ਸਕਦਾ। ਮੇਰੇ ਖਿਆਲ ਨਾਲ ਸ਼ਾਇਦ ਬਹੁਤ ਸਾਰਾ ਪੈਸਾ ਕਮਾਉਣ ਦੀ ਲੋੜ ਨਹੀਂ ਹੁੰਦੀ ਇੱਕ ਚੰਗੀ ਜ਼ਿੰਦਗੀ ਜੀਣ ਵਾਸਤੇ। ਵਧੀਆ ਬੰਦੇ ਕੋਈ ਕਾਰ ਹੋਵੇ, ਇੱਕ ਆਪਣਾ ਘਰ ਹੋਵੇ, ਅਤੇ ਵਧੀਆ ਫੈਮਿਲੀ ਹੋਵੇ, ਦੈਟਸ ਇਟ। ਕੋਈ ਜ਼ਿਆਦਾ ਸ਼ੌਂਕ ਪਾਲਣ ਦੀ ਲੋੜ ਨਹੀਂ, ਅਤੇ ਜ਼ਿਆਦਾ ਮਤਲਬ ਕੁਝ ਜ਼ਿਆਦਾ ਬਹੁਤਾ ਪੜ੍ਹਨ ਦੀ ਵੀ ਲੋੜ ਨਹੀਂ ਅੱਜ ਦੇ ਜ਼ਮਾਨੇ ਦੇ ਵਿੱਚ। ਤੁਹਾਡੇ ਕੋਲ ਥੋੜ੍ਹਾ ਜਿਹਾ ਟੈਲੈਂਟ ਹੈ, ਕੋਈ ਹੈਂਡਵਰਕ ਹੈ, ਕੋਈ ਟੈਲੈਂਟ ਹੈ ਪਰਟੀਕੁਲਰਲੀ, ਤਾਂ ਆਈ ਥਿੰਕ ਤੁਸੀਂ ਬਹੁਤ ਛੇਤੀ ਉਸ ਚੀਜ਼ 'ਚ ਗਰੋਅ ਹੋ ਸਕਦੇ ਹੋ, ਹੈ ਨਾ।
ਅਤੇ ਬਾਈ ਬਹੁਤ ਸੋਹਣੀ ਫਿਲਮ, ਕੁਛ ਸਿੱਖਣ ਨੂੰ ਮਿਲੇਗਾ, ਕਾਫੀ ਭਕਾਈਆਂ ਭਕੋਈਆਂ ਕਰ ਰੱਖੀਆਂ ਨੇ ਫਿਲਮ 'ਚ, ਅਤੇ ਬਾਕੀ ਦੇਖਦੇ ਹਾਂ ਅੱਗੇ ਕੀ ਬਣਦਾ। ਸਤਿ ਸ਼੍ਰੀ ਅਕਾਲ।